ਤੁਸੀਂ ਸਵੇਰ ਤੋਂ ਸਾਡੇ ਨਾਮ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ। ਉਹ ਵੀਡੀਓ ਬਿਲਕੁਲ ਪੂਰੀ ਤਰ੍ਹਾਂ ਫੇਕ ਹੈ। ਉਹਦਾ ਕਾਰਨ ਇਹ ਹੈ, ਅੱਜ ਤੋਂ 15 ਦਿਨ ਪਹਿਲੇ ਸਾਡੇ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਆਉਂਦਾ ਇੱਕ ਕਿ ਇਹ ਵਾਲੀ ਵੀਡੀਓ ਭੇਜ ਕੇ ਕਿ ਮੇਰੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਟ੍ਰਾਂਸਫਰ ਕਰ ਦਿੱਤੇ ਜਾਣ, ਨਹੀਂ ਤਾਂ ਇਹ ਵੀਡੀਓ ਮੈਂ ਵਾਇਰਲ ਕਰ ਦੂੰਗਾ। ਉਹ ਵਾਇਰਲ ਕਰਨ ਦੀ ਗੱਲ ਕਰਨ ਤੋਂ ਬਾਅਦ ਅਸੀਂ ਕਿਸੇ ਪਾਸੇ ਉਹਨੂੰ ਡਾਇਰੈਕਟਲੀ ਪੈਸੇ ਦੇਣ ਦੀ ਬਜਾਏ ਅਸੀਂ ਆ ਕੇ ਪੁਲਿਸ ਦੇ ਵਿੱਚ ਕੰਪਲੇਂਟ ਕੀਤੀ ਸੀਗੀ 4 ਨੰਬਰ ਚੌਂਕੀ ਦੇ ਵਿੱਚ ਆ ਕੇ। ਇੱਥੇ ਕੰਪਲੇਂਟ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਬੰਦੇ ਰਾਊਂਡ ਅਪ ਵੀ ਕੀਤੇ, ਸਾਰਾ ਕੁਝ ਦੇਖਿਆ, ਪਰ ਉਸ ਤੋਂ ਬਾਅਦ ਬੇਬੀ ਦੇ ਕੋਲ ਮਤਲਬ ਬੇਬੀ ਹੋਣ ਵਾਲਾ ਸੀਗਾ, ਬੇਬੀ ਹੋਣ ਕਰਕੇ ਅਸੀਂ ਥੋੜ੍ਹਾ ਜਿਹਾ ਉਧਰਲੇ ਪਾਸੇ ਬਿਜ਼ੀ ਹੋ ਗਏ। ਬਿਜ਼ੀ ਹੋਣ ਕਰਕੇ 2-3 ਦਿਨ, ਤੁਹਾਨੂੰ ਪਤਾ ਬੰਦਾ ਜਦੋਂ ਬੇਬੀ ਹੁੰਦਾ ਉਧਰਲੇ ਪਾਸੇ ਬਿਜ਼ੀ ਰਹਿੰਦਾ, ਤਾਂ ਬਿਜ਼ੀ ਹੋਣ ਕਰਕੇ ਅਸੀਂ ਉਸ ਸਮੇਂ 2-3 ਦਿਨ ਕੋਈ ਨਵੀਂ ਕਾਰਵਾਈ ਜਾਂ ਕੋਈ ਐਕਸ਼ਨ ਨਹੀਂ ਲੈ ਪਾਈ। ਅਤੇ ਉਸ ਤੋਂ ਬਾਅਦ ਇਹ ਵੀਡੀਓ ਸਾਡੇ ਸਾਹਮਣੇ ਆਈ ਹੈ। ਇਹ ਬਿਲਕੁਲ ਟੋਟਲੀ ਫੇਕ ਹੈ। ਇਹਦੇ ਉੱਤੇ ਜੋ ਕੁਝ ਵੀ ਬਣਾਇਆ ਲੋਕਾਂ ਨੇ ਫੇਸ, ਤੁਹਾਨੂੰ ਪਤਾ ਅੱਜ ਕੱਲ੍ਹ AI ਦੇ ਨਾਲ ਬੜਾ ਕੁਝ ਹੋ ਜਾਂਦਾ, ਕਿਸੇ ਦੇ ਵੀ ਫੇਸ ਨੂੰ ਲਗਾ ਕੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣ ਜਾਂਦੀ ਹੈ। ਤਾਂ ਇੱਕ ਛੋਟੀ ਜਿਹੀ ਬੇਨਤੀ ਹੋ ਰਿਹਾ, ਤੁਸੀਂ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹੋ, ਜੋ ਕੁਝ ਵੀ ਕਰ ਰਹੇ ਹੋ, ਦੇਖੋ ਤੁਸੀਂ ਸਾਰੇ ਧੀਆਂ ਭੈਣਾਂ ਵਾਲੇ ਹੋ, ਤੁਹਾਡੇ ਘਰ ਵੀ ਆਪਣੇ ਘਰ ਧੀਆਂ ਵੀ ਹੈ, ਭੈਣਾਂ ਵੀ ਹੈ, ਤੁਸੀਂ ਵੀ ਕਿਸੇ ਦੇ ਕੁੱਖੋਂ ਜਨਮ ਲਿਆ, ਹੈ ਨਾ। ਇੱਕ ਤੁਹਾਡੀ ਫੇਕ ਵੀਡੀਓ ਇੱਕ ਦੂਜੇ ਪਾਸੇ ਵਾਇਰਲ ਕਰਨ ਦੇ ਨਾਲ ਅਗਰ ਕੋਈ 19-21 ਅਗਰ ਮੇਰੀ ਵਾਈਫ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ, ਕਿਉਂਕਿ ਤੁਹਾਨੂੰ